ਫਾਜ਼ਿਲਕਾ ਦੇ ਭਾਰਤ ਪਾਕ ਸੀਮਾ ਦੇ ਨਜ਼ਦੀਕ ਬਸੇ ਪਿੰਡ ਪੱਕਾ ਚਿਸ਼ਤੀ ਦੀ ਔਰਤ ਸਰਪੰਚ ਵਿਦਿਆ ਬਾਈ ਨੇ ਦੱਸਿਆ ਕਿ ਅੱਜ ਤੋਂ 6 ਦਿਨ ਪਹਿਲਾਂ ਪਿੰਡ ਦੇ 3 ਨੌਜਵਾਨ ਮਲਕੀਰ ਸਿੰਘ ਪੁੱਤਰ ਭਜਨ ਸਿੰਘ, ਸੰਦੀਪ ਸਿੰਘ ਪੁੱਤਰ ਭਜਨ ਸਿੰਘ, ਕੁਲਦੀਪ ਸਿੰਘ ਪੁੱਤਰ ਜੱਗਾ ਸਿੰਘ ਸ਼ਰਾਬ ਦੇ ਨਸ਼ੇ ਦੇ ਵਿਚ ਧੁੱਤ ਹੋ ਕੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੇ ਨਾਲ ਮਾਰਕੁੱਟ ਕਰਨ ਲੱਗੀ। ਜਦੋਂ ਰੌਲਾ ਵਧਿਆ ਤਾਂ ਗਵਾਂਢੀ ਰੌਲਾ ਸੁਣ ਕੇ ਇਕੱਠੇ ਹੋ ਗਏ ਅਤੇ ਉਹ ਪੂਰੇ ਪਰਿਵਾਰ ਨੂੰ ਜਾਨ ਤੋਂ ਮਰਨ ਦੀਆਂ ਧਮਕੀਆਂ ਤੇ ਗਾਲੀ ਗਲੋਚ ਕਰਦੇ ਘਰ ਤੋਂ ਭੱਜ ਗਏ ਅਤੇ ਉਨ੍ਹਾਂ ਨੇ ਪਿੰਡ ਦੇ ਵਿਚ ਲੱਗੇ ਵਾਟਰ ਵਰਕਸ ਅਤੇ ਸਵੱਛ ਪਾਣੀ ਦੇ ਲਈ ਲਗਾਇਆ ਗਿਆ ਆਰਓ ਦੇ ਸ਼ੀਸ਼ੇ ਅਤੇ ਦਰਵਾਜੇ ਤੋੜ ਦਿੱਤੇ ਅਤੇ ਇਨ੍ਹਾਂ ਨੂੰ ਰਾਤ ਦੇ ਸਮੇਂ ਅੱਗ ਲਗਾਉਣ ਦੀ ਧਮਕੀ ਦਿੰਦੇ ਹੋਏ ਉਥੋਂ ਭੱਜ ਗਏ ਅਤੇ ਰਾਤ ਨੂੰ 9 ਵਜੇ ਮੇਰੇ ਪਤੀ ਨੇ ਇਸ ਘਟਨਾ ਦੀ ਪੂਰੀ ਜਾਣਕਾਰੀ ਥਾਣਾ ਸਦਰ ਫਾਜ਼ਿਲਕਾ ਨੂੰ ਦਿੱਤੀ ਅਤੇ ਪੁਲਿਸ ਨੇ ਸਵੇਰੇ ਪਿੰਡ ਦੇ ਵਿਚ ਆ ਕੇ ਦੋਸ਼ੀਆਂ ਦੇ ਉੱਤੇ ਬਣਦੀ ਕਾਰਵਾਈ ਦੀ ਗੱਲ ਕਹੀ। ਪਰੰਤੂ ਅੱਜ ਇਸ ਘਟਨਾ ਨੂੰ ਹੋਏ ਲਗਭਗ 7 ਦਿਨ ਬੀਤ ਚੁੱਕੇ ਨੇ ਪਰੰਤੂ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਦੇ ਘਰ ਦੇ ਉੱਤੇ ਹੋਏ ਹਮਲੇ ਅਤੇ ਸਰਕਾਰੀ ਇਮਾਰਤ ਦੇ ਨੁਕਸਾਨ ਕਰਨ ਵਾਲਿਆਂ ਦੇ ਉੱਤੇ ਪੁਲਿਸ ਇੰਨੀ ਮਿਹਰਬਾਨ ਕਿਉਂ ਨਜ਼ਰ ਆ ਰਹੀ ਹੈ। ਸਰਪੰਚ ਵਿਦਿਆ ਬਾਈ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ। ਸੁਰਜੀਤ ਸਿੰਘ ਜੀ ਕਿਹੜਾ ਪਿੰਡ ਆਪਣਾ? ਪੱਕਾ ਚਿਸ਼ਤੀ। ਸਰਪੰਚ ਕੋਣ ਪਿੰਡ ਦੇ? ਮਿਸਿਜ ਮੇਰੇ ਨੇ ਵਿਦਿਆ ਬਾਈ ਜੀ। ਤੇ ਕੀ ਘਟਨਾ ਹੋਈ ਪਿੰਡ ਚ? ਘਟਨਾ ਪਿੰਡ ਹੋਈ, 3 ਬਰਾਤ ਸੀ, 3 ਬਰਾਤ ਸ਼ਰਾਬ ਪੀ ਕੇ ਦੁਪਹਿਰੇ 2 ਵਜੇ ਮੇਰੀ ਪਤਨੀ ਦੇ ਗਲ ਪੈ ਜਾ ਕੇ ਗਾਲਾ ਗਲੋਚਾ ਕੱਢੀਆਂ। ਉੱਥੇ ਆਂਢੀ ਗੁਆਂਢੀ ਦੁਕਾਨਾਂ ਵਾਲੇ ਉਹਨਾਂ ਜਾ ਛਡਾਇਆ, ਛਡਾ ਕੇ ਬੁਰੀ ਹਾਲਤ ਨਾਲ ਹੀ ਇਹ ਪਿਛਾ ਗਾਲੀ ਗਲੋਚ ਦੇ ਕੱਢਦੇ ਰਹੇ ਵੀ ਬਾਹਰ ਨਿਕਲੋ ਤੁਹਾਨੂੰ ਜਦੋਂ ਮਾਰ ਦੇਣਾ। ਉੱਥੋਂ ਆਏ ਵਾਪਸੀ ਲੜਾਈ ਕਰਕੇ ਆਰਓ ਦੇ ਸ਼ੀਸ਼ੇ ਤੋੜ ਤੇ, ਵਾਟਰ ਬਾਕਸ ਦਾ ਗੇਟ ਵੀ ਤੋੜਤਾ ਜੀ। ਅਤੇ ਰਾਤ ਨੂੰ ਅੱਗ ਲਾਵਾਂਗੇ, ਮੈਂ ਰਾਤ ਨੂੰ 9 ਵਜੇ ਰਿਪੋਰਟ ਦਿਆ ਥਾਣੇ ਸਦਰ 21 ਤਰੀਕ ਨੂੰ। ਅੱਜ ਤੱਕ ਸਾਡੀ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਜੀ। ਤੇ ਕਿਹਨੂੰ ਰਿਪੋਰਟ, ਕਿਹਨੂੰ ਲਾਇਆ ਇੰਚਾਰਜ? ਲੇਖ ਰਾਜ ਨੂੰ ਜੀ। ਤੇ ਕੋਈ ਲੇਖ ਰਾਜ ਗੱਲ ਹੋਈ? ਲੇਖ ਨਾਲ ਗੱਲ ਹੋਈ ਸੀ ਜੀ। ਅੱਛਾ ਜੀ। ਰਾਤ ਨੂੰ ਤੜਕੇ ਆਵਾਂਗੇ ਅਸੀਂ। ਅੱਛਾ ਜੀ। ਤੇ ਸਵੇਰੇ ਮੈਨੂੰ 9 ਵਜੇ ਕਹਿੰਦਾ ਵੀ ਮੈਨੂੰ ਐਸ ਐਚ ਨੇ ਰੋਕ ਲਿਆ, ਮੈਂ ਨਹੀਂ ਬੰਦੇ ਪਕੜਨ ਜਾਂਦਾ, ਇੱਥੇ ਮੰਗਾ ਲੈ ਸਾਂ। ਠੀਕ ਹੈ। ਹੁਣ ਤੁਸੀਂ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਵੀ ਆਰਓ ਜੋ ਸਰਕਾਰੀ ਨੇ ਤੋੜਿਆ ਤੋੜ ਬੰਦ ਕੀਤੀ, ਇਹਨਾਂ ਦੇ ਪਰਚਾ ਕੀਤਾ ਜਾਵੇ ਜੀ। ਬੰਦੇ ਦਾ ਨਾਮ ਪਤਾ ਸਰ? ਹਾਂਜੀ, ਬੋਲੋ ਜੀ। ਇੱਕ ਕੁਲਦੀਪ ਸਿੰਘ ਹੈਗਾ ਜੀ, ਇਹ ਜੱਗਾ ਸਿੰਘ ਦਾ ਮੁੰਡਾ ਜੀ। ਠੀਕ ਹੈ। ਇੱਕ ਸੰਦੀਪ ਸਿੰਘ ਹੈ ਜੀ। ਅੱਛਾ। ਤੇ ਮਲਕੀਤ ਸਿੰਘ ਜੀ, ਇਹ ਹੈਗੇ ਨੇ ਭਜਨ ਸਿੰਘ ਦੇ ਮੁੰਡੇ ਜੀ। ਇਹ ਬੰਦੇ ਕਿੱਥੋਂ ਦੇ ਨੇ? ਪਿੰਡ ਦੇ ਨੇ? ਹਾਂ, ਪਿੰਡ ਕਲੋਨੀ ਦੇ ਸਾਡੇ ਨੇ ਜੀ। ਕੋਈ ਨੀ, ਬੋਲੇ ਤੇ ਅੱਗੋਂ ਗਾਲਾ ਗਲੋਚਾ ਕੱਢਦੇ, ਜੋ ਮਰਜ਼ੀ ਕਰ ਲਿਆ ਅਸੀਂ ਇਵੇਂ ਕਰਾਂਗੇ ਪੀ ਕੇ ਜੀ। ਠੀਕ ਹੈ। ਤੁਸੀਂ ਹੁਣ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਵੀ ਆਰਓ ਜੋ ਸਰਕਾਰੀ ਹੋਇਆ ਇਹਦੇ ਤੇ ਪਰਚਾ ਕੀਤਾ ਜਾਵੇ। ਜੋ ਸਾਡਾ ਘਟਨਾ ਸਾਡੇ ਨੌ ਗਈ, ਸੰਦੀਪ ਸਿੰਘ ਤੇ 2 ਵਜੇ ਦਿਨ ਦਾਰੂ ਪੀ ਕੇ ਸਾਡੇ ਘਰੇ ਆਇਆ। ਅੱਛਾ ਜੀ। 2 ਤੇ ਬੂਹੇ ਚ ਗਾਲਾਂ ਕੱਢਦਾ ਸੀ, ਮੈਂ ਗਈ ਸੀ ਰੋਕਾਂ ਸੀ ਮੰਦਰ ਚੰਗਾ ਨਾ ਬੋਲੋ, ਇਹ ਤੂੰ ਫਿਰ ਗਾਲਾਂ ਕੱਢਣ ਗਲ ਪੈ ਗਿਆ। ਫਿਰ ਮੇਰੇ ਨਾਲ ਦੁਕਾਨ ਵਾਲਾ ਦੇਵਰ ਆਇਆ 2 ਵਜੇ, ਫਿਰ ਅਸੀਂ 3 ਇੱਥੇ ਬਖੇ ਹੋਏ ਹੈ। ਸੰਦੀਪ ਸਾਨੂੰ ਆਹ ਗਾਲਾਂ ਕੱਢਦਾ ਸੀ, ਫਿਰ ਉਹ ਗਾਲਾਂ ਕੱਢਦਾ, ਫਿਰ ਸਾਡੀ ਰਾਏ ਬਣੀ ਮੈਨੂੰ ਬੰਨ ਦੇ ਕੀ ਕਰਨਾ, ਮੈਂ ਗਾਲਾਂ ਕੱਢਦਾ। ਤੇ ਫਿਰ ਬਾਅਦ ਚ ਛੁੱਟ ਗਿਆ 2 ਵਜੇ, ਫਿਰ ਚਲਾ ਗਿਆ ਐਰੋ ਤੇ, ਐਰੋ ਦੇ ਸ਼ੀਸ਼ੇ ਬੰਦ ਤੇ ਵਾਟਰ ਬਾਕਸ ਦਾ ਗੇਟ ਸੀ ਉਹ ਵੀ ਬੰਦ ਤਾ। ਅਸੀਂ ਫਿਰ ਕਾਰੇ ਹੁੰਦੇ, ਅਸੀਂ ਪੁਲਿਸ ਨੂੰ ਤਲਾਕ ਕਰੀਏ, ਪੁਲਿਸ ਨੇ ਕੋਈ ਸਾਡੀ ਸੁਣਾਈ ਨੀ ਕੀਤੀ, ਕੋਈ ਕਾਰਵਾਈ ਨੀ ਕੀਤੀ, ਪੁਲਿਸ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੀ ਕੀਤੀ ਜਾਵੇ, ਪੁਲਿਸ ਨੇ ਕੋਈ ਸੁਣਾਈ ਨੀ ਕੀਤੀ ਸਾਡੀ। ਮੈਂ ਸਰਪੰਚ ਆ ਪੱਕਾ ਚਿਸ਼ਤੀ ਪਿੰਡ ਵਿਦਿਆ ਬਾਈ।
ਫਾਜ਼ਿਲਕਾ ਤੋਂ ਦਲੀਪ ਦੱਤ ਦੀ ਰਿਪੋਰਟ।